ਪੰਜਾਬ ਭਰ ਦੇ ਵਿੱਚ ਡਾਕਟਰਾਂ ਦੀ ਹੜਤਾਲ ਅੱਜ ਤੀਜੇ ਦਿਨ ਵੀ ਜਾਰੀ ਹੈ, ਜਿਸ ਨੂੰ ਲੈ ਕੇ ਕਿਤੇ ਨਾ ਕਿਤੇ ਮਰੀਜ਼ਾਂ ਨੂੰ ਪਰੇਸ਼ਾਨੀ ਜ਼ਰੂਰ ਹੋ ਰਹੀ ਹੈ। ਲੇਕਿਨ ਅੱਜ ਡਾਕਟਰਾਂ ਦੀ ਜਿਹੜੀ ਹੈ ਇੱਕ ਮੀਟਿੰਗ ਹੈ ਸਰਕਾਰ ਨਾਲ ਹੋਣ ਜਾ ਰਹੀ ਹੈ, ਅਗਰ ਉਸ ਦੇ ਵਿੱਚ ਕੋਈ ਸਿੱਟਾ ਨਿਕਲਦਾ ਤਾਂ ਇਹ ਹੜਤਾਲ ਖਤਮ ਵੀ ਹੋ ਸਕਦੀ ਹੈ। ਔਰ ਸਾਫ਼ ਤੌਰ 'ਤੇ ਡਾਕਟਰਸ ਦਾ ਕਹਿਣਾ ਕਿ ਅਗਰ ਸਿੱਟਾ ਨਹੀਂ ਨਿਕਲਦਾ ਜਾਂ ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਹੁੰਦਾ ਤਾਂ ਇਹ ਹੜਤਾਲ ਲਗਾਤਾਰ ਅੱਗੇ ਵੀ ਬੰਦ ਕੀਤੀ ਜਾਏਗੀ, ਕਿਉਂਕਿ ਅੱਗੇ ਵੀ ਹੜਤਾਲ ਜਿਹੜੀ ਹੈ ਮੁਕੰਮਲ ਤੌਰ 'ਤੇ, ਕਿਉਂਕਿ ਪਹਿਲਾਂ 3 ਘੰਟੇ ਦੀ ਹੜਤਾਲ ਕੀਤੀ ਗਈ ਹੈ 3 ਦਿਨ ਲਈ 8 ਵਜੇ ਤੋਂ ਲੈ ਕੇ 11 ਵਜੇ ਤੱਕ। ਲੇਕਿਨ ਅਗਰ ਕੋਈ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਇਹ ਹੜਤਾਲ ਪੂਰਨ ਰੂਪ 'ਤੇ ਕੀਤੀ ਜਾਏਗੀ, ਪੂਰਾ ਦਿਨ ਕੀਤੀ ਜਾਏਗੀ। ਕਿਉਂਕਿ ਇਸ ਤੋਂ ਇਲਾਵਾ ਡਾਕਟਰਸ ਦਾ ਇਹ ਵੀ ਕਹਿਣਾ ਕਿ 3 ਦਿਨ ਜਿਹੜੀ ਹੜਤਾਲ ਕੀਤੀ ਹੈ ਉਹਦੇ ਵਿੱਚ ਜਿਹੜੀ ਸੇਵਾ ਹੈ 11 ਵਜੇ OPD ਸੇਵਾ ਸ਼ੁਰੂ ਕੀਤੀ ਜਾਏਗੀ, ਲੇਕਿਨ ਇਸ ਤੋਂ ਇਲਾਵਾ ਅਗਰ ਕੋਈ VIP ਡਿਊਟੀ ਹੈ ਜਾਂ ਕੋਈ ਡੋਪ ਟੈਸਟ ਕਰਵਾਉਣ ਆਉਂਦਾ ਉਹ ਬਿਲਕੁਲ ਪੂਰੀ ਤਰ੍ਹਾਂ ਦੇ ਬੰਦ ਕੀਤਾ ਗਿਆ। ਔਰ ਦੂਜੇ ਪਾਸੇ ਮੰਗਾਂ ਜਿਹੜੀਆਂ ਡਾਕਟਰ ਦੱਸ ਰਹੇ ਨੇ, ਇੱਕ ਪਾਸੇ ਸੁਰੱਖਿਆ ਦੀ ਮੰਗ ਕੀਤੀ ਜਾ ਰਹੀ ਹੈ, ਕਿਉਂਕਿ ਜਦੋਂ ਵੀ ਡਾਕਟਰ ਆਪਣਾ OPD ਦੇ ਵਿੱਚ ਬਹਿੰਦੇ ਆ ਜਾਂ ਐਮਰਜੈਂਸੀ ਦੇ ਵਿੱਚ ਬਹਿੰਦੇ ਆ ਤਾਂ ਕੋਈ ਅਗਰ ਪੇਸ਼ੈਂਟ ਆਉਂਦੇ ਉਹਨਾਂ ਨਾਲ ਅਟੈਂਡੈਂਟ ਵੀ ਆਉਂਦੇ ਨੇ ਜਾਂ ਕੁਝ ਹੋਰ ਲੋਕ ਵੀ ਆਉਂਦੇ ਨੇ ਇੱਥੇ ਜ਼ਬਰਦਸਤੀ ਕਰਦੇ ਜਾਂ ਧੱਕਾ ਮੁੱਕੀ ਕਰਦੇ ਆ ਜਾਂ ਬਹਿਸ ਕਰਦੇ ਆ, ਉਸ ਨੂੰ ਲੈ ਕੇ ਵੀ ਕਿਤੇ ਨਾ ਕਿਤੇ ਡਾਕਟਰਸ ਕਹਿੰਦੇ ਆ ਸਾਡੀ ਸੁਰੱਖਿਆ ਜਿਹੜੀ ਹੈ ਯਕੀਨੀ ਬਣਾਈ ਜਾਵੇ। ਔਰ ਦੂਜੇ ਪਾਸੇ ਪ੍ਰਮੋਸ਼ਨਾਂ ਜਿਹੜੀਆਂ ਰੁਕੀਆਂ ਹੋਈਆਂ ਉਹਨਾਂ ਨੂੰ ਵੀ ਕੀਤਾ ਜਾਵੇ ਔਰ ਭਰਤੀ ਵੀ ਕੀਤੀ ਜਾਵੇ, ਕਿਉਂਕਿ ਹਸਪਤਾਲਾਂ ਦੇ ਵਿੱਚ ਡਾਕਟਰਾਂ ਦੀ ਬਹੁਤ ਜ਼ਿਆਦਾ ਕਮੀ ਹੈ। ਅਸੀਂ ਇਸ ਟਾਈਮ ਮੌਜੂਦ ਹਾਂ ਮੋਗਾ ਦੇ ਸਿਵਲ ਹਸਪਤਾਲ ਦੇ ਵਿੱਚ OPD ਦੇ ਬਾਹਰ, ਜਿੱਥੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਆਮ ਤੌਰ 'ਤੇ ਇੱਥੇ ਇਸ ਟਾਈਮ ਸੁਬਹਾ ਦੇ 9:30 ਹੈ, ਇਸ ਟਾਈਮ ਬਹੁਤ ਜ਼ਿਆਦਾ ਰਸ਼ ਹੋ ਜਾਂਦਾ ਔਰ ਲੋਕ ਲਾਈਨਾਂ ਦੇ ਵਿੱਚ ਲੱਗ ਜਾਂਦੇ ਆਪਣੀ ਪਰਚੀ ਕਟਾਉਣ ਲਈ। ਲੇਕਿਨ ਅੱਜ 3ਜਾ ਦਿਨ ਹੜਤਾਲ ਦਾ ਹੋਣ ਕਰਕੇ ਜਿਹੜੀ ਹੈ ਲੋਕਾਂ ਦਾ ਰਸ਼ ਘੱਟ ਹੈ, ਲੇਕਿਨ ਫਿਰ ਵੀ ਮਰੀਜ਼ ਆ ਜਿਹੜੇ ਖੱਜਲ ਖਵਾਰ ਹੋ ਰਹੇ ਆ। ਔਰ ਤੁਸੀਂ ਦੂਜੇ ਪਾਸੇ ਦੇਖ ਸਕਦੇ ਹੋ ਕਿ ਮਰੀਜ਼ ਜਿਹੜੇ ਆ ਲਾਈਨਾਂ ਦੇ ਵਿੱਚ ਲੱਗੇ ਹੋਏ ਆ, ਪਰਚੀ ਜਿਹੜੀ ਹੈ ਕਟਾਉਣ ਲਈ ਖੜੇ ਆ। ਵੀਰ ਤੁਸੀਂ ਵੀ ਦਵਾਈ ਲੈਣ ਆਏ ਹੋ, ਕਿੰਨੀ ਪਰੇਸ਼ਾਨੀ ਹੋ ਗਈ ਜੀ? ਹਾਂਜੀ, ਕਈ ਦਿਨ ਹੋ ਗਏ, ਕਈ ਵਾਰੀ ਗੇੜੇ ਮਾਰੇ ਜੀ। ਕਈ ਦਿਨ ਹੋ ਗਏ, ਤੁਹਾਨੂੰ ਪਤਾ ਸੀਗਾ ਹੜਤਾਲ ਚੱਲਦੀ ਹੈ? ਨਹੀਂ ਜੀ, ਹੁਣ ਨਹੀਂ ਪਤਾ ਸੀਗਾ ਹੜਤਾਲ ਚੱਲਦੀ ਆ। ਜਿੱਦਾਂ ਮੈਂ ਪਹਿਲਾਂ ਆਇਆ ਡਾਕਟਰ ਸਾਹਿਬ ਕੋਲੇ ਪਰਚੀ ਕਟਾਈ, ਦੰਦਾਂ ਵਾਲੇ ਕੋਲੇ ਵੀ ਆਇਆ, ਇੱਥੋਂ ਮੈਂ ਦੰਦਾਂ ਵਾਲੇ ਕੋਲੇ ਪਰਚੀ ਕੱਟਦੀ, ਕਹਿੰਦਾ ਵੀ ਐਕਸਰਾ ਕਰਾ ਕੇ ਲਿਆ। ਐਕਸਰਾ ਵਾਲਿਆਂ ਕੋਲੇ ਗਿਆ, ਉਹ ਕਹਿੰਦੇ ਸਾਡੇ ਕੋਲ ਕਲਮ ਮੁੱਕੀ ਵੀ ਆ। ਨਿਹਾਲ ਸਿੰਘ ਵਾਲੇ ਜਾਓ, ਨਿਹਾਲ ਸਿੰਘ ਵਾਲੇ ਗਿਆ, ਉਹ ਕਹਿੰਦੇ ਜੀ ਐਕਸਰਾ ਹੋਣਾ ਨਹੀਂ, ਤੁਹਾਡਾ ਮੋਗਾ ਹੀ ਹੋਊਗਾ। ਅੱਜ ਆਇਆ ਜੀ, ਹੁਣ ਕਹਿੰਦੇ ਹੜਤਾਲ ਚੱਲਦੀ ਆ। ਹੜਤਾਲ 2 ਦਿਨ ਦੀ ਚੱਲਦੀ ਪਈ ਆ, ਉਸ ਤੋਂ ਪਹਿਲਾਂ ਵੀ ਡਾਕਟਰਸ ਨੇ ਮਰੀਜ਼ਾਂ ਨੂੰ ਇੱਥੇ ਲਿਖ ਕੇ ਵੀ ਲਗਾਇਆ ਹੋਇਆ ਕਿ 3 ਦਿਨ ਹੜਤਾਲ ਰਹੇਗੀ, ਉਹਦੇ ਬਾਰੇ ਪਤਾ ਸੀ? ਨਹੀਂ ਜੀ, ਉਹਦੇ ਬਾਰੇ ਨਹੀਂ ਪਤਾ ਸੀ। ਹੁਣ ਪਰਚੀ ਕਟਵਾਈ ਆ ਤੁਸੀਂ? ਨਹੀਂ ਜੀ, ਹੁਣ ਗਏ ਸੀ ਪਰਚੀ ਕਟਾਉਣ, ਕਹਿੰਦੇ 11 ਵਜੇ ਕੱਟਾਂਗੇ। 11 ਵਜੇ ਪਰਚੀ? ਕਿੰਨੀ ਕੁ ਦਿੱਕਤ ਆ ਰਹੀ ਹੈ? ਦਿੱਕਤ ਜੀ ਮੇਰੇ ਸੀਗਾ, ਦਿੱਕਤ ਆਈ ਨਹੀਂ, ਮੈਂ 25 ਕਿਲੋਮੀਟਰ ਤੋਂ ਆਇਆ ਜੀ, ਨਾ ਕੰਮ ਬਣਿਆ, ਫਿਰ ਵਾਪਸ ਮੁੜਨਾ ਪਊਗਾ ਜੀ। ਦਿੱਕਤ ਤਾਂ ਦਿੱਕਤ ਹੀ ਹੈ ਜੀ ਸਰਕਾਰੀ 'ਚ, ਹੁਣ ਤਾਂ ਹੀ ਇਸੇ ਕਰਕੇ ਬੰਦਾ ਪ੍ਰਾਈਵੇਟ ਨੂੰ ਭੱਜਦਾ। ਪ੍ਰਾਈਵੇਟ ਆਇਆ ਬੰਦਾ ਦੁਬਾਰਾ ਤਾਂ ਨਹੀਂ, ਬੰਦੇ ਦੀ ਨਾ ਦਿਹਾੜੀ ਖਰਾਬ ਹੋਵੇ ਨਾ ਸਮਾਂ ਖਰਾਬ ਹੋਵੇ, ਇਹ ਕਰਕੇ ਜੀ। ਪਰ ਡਾਕਟਰ ਵੀ ਕਹਿੰਦੇ ਆ ਕਿਤੇ ਨਾ ਕਿਤੇ ਸਾਡੀ ਵੀ ਪਰੇਸ਼ਾਨੀ ਹੈ, ਸਾਡੀ ਸੁਰੱਖਿਆ ਜਿਹੜੀ ਹੈ ਉਹ ਯਕੀਨੀ ਬਣਾਈ ਜਾਵੇ, ਕਿਉਂਕਿ ਐਮਰਜੈਂਸੀ ਦੇ ਬਾਹਰ ਵੀ ਅਗਰ ਐਮਰਜੈਂਸੀ 'ਚ ਡਾਕਟਰ ਬੈਠਦੇ ਹੁੰਦੇ ਆ, ਰਾਤ ਬਰਾਤੇ ਵੀ ਉਹਨਾਂ ਨਾਲ ਬਹਿਸ ਹੋ ਜਾਂਦੀ ਹੈ, ਲੜਾਈ ਝਗੜਾ ਹੋ ਜਾਂਦਾ। ਇਹ ਸਰਕਾਰ ਨੂੰ ਵੀ ਚਾਹੀਦਾ ਜੀ, ਇਸ ਕਰਕੇ ਸਰਕਾਰ ਨੂੰ ਵੀ ਚਾਹੀਦਾ, ਸਰਕਾਰ ਵੀ ਗੌਰ ਕਰੇ ਨਾ, ਇਕੱਲਾ ਸਰਕਾਰ ਲਾਣ ਹੀ ਨਾ ਕਰੇ ਵੀ ਅਸੀਂ ਆਹ ਕਰਤਾ ਅਸੀਂ ਆਹ ਕਰਤਾ। ਉਹਨਾਂ ਨੂੰ ਵੀ ਚਾਹੀਦਾ ਗੌਰ ਰੱਖਣ, ਜਿਹੜੀ ਡਾਕਟਰਾਂ ਦੀ ਕੋਈ ਮੰਗ ਆ ਉਹ ਵੀ ਉਹਨਾਂ ਦੀ ਪੂਰੀ ਹੋਣੀ ਚਾਹੀਦੀ ਆ। ਇਕੱਲੇ ਆਪਾਂ ਡਾਕਟਰਾਂ ਨੂੰ ਰਪੜੋ, ਇਹਨਾਂ ਨੂੰ ਕਹਿ ਦਈਏ ਵੀ ਇਹ ਗਲਤ ਆ ਚਾਹੇ ਇਹ ਕੰਮ ਨਹੀਂ ਕਰਦੇ, ਇਹ ਨਹੀਂ ਹੈ, ਸਰਕਾਰ ਵੀ ਆ ਵਿੱਚ, ਸਰਕਾਰ ਇੱਕ ਗੱਲ। ਬਿਲਕੁਲ, ਤੁਸੀਂ ਦੇਖ ਸਕਦੇ ਹੋ ਤਸਵੀਰਾਂ ਜਿਹੜੀਆਂ, ਇੱਥੇ ਇੱਕ ਪੋਸਟਰ ਵੀ ਲਗਾਇਆ ਗਿਆ, ਕਿਉਂਕਿ ਇਸ ਤਰ੍ਹਾਂ ਦੇ ਪੋਸਟਰ ਕਈ ਹਸਪਤਾਲ ਦੇ ਵਿੱਚ ਲਗਾਏ ਗਏ ਆ, ਕਿਉਂਕਿ ਹੜਤਾਲ ਤੋਂ ਪਹਿਲਾਂ ਹੀ ਡਾਕਟਰਾਂ ਨੇ ਮਰੀਜ਼ਾਂ ਨੂੰ ਦੱਸਣਾ ਸ਼ੁਰੂ ਕਰਤਾ ਸੀਗਾ ਕਿ ਅਗਲੇ ਤਿੰਨ ਦਿਨ ਹੜਤਾਲ ਰਹੇਗੀ, ਜਿਸ ਨੂੰ ਲੈ ਕੇ ਲੇਕਿਨ ਮਰੀਜ਼ ਜਿਹੜੇ ਆ ਜਿਨ੍ਹਾਂ ਨੂੰ ਨਹੀਂ ਪਤਾ ਕਿ ਹੜਤਾਲ ਜਿਹੜੀ ਆ 3 ਦਿਨ ਰਹੇਗੀ, ਉਹ ਕਿਤੇ ਨਾ ਕਿਤੇ ਸੁਬਹਾ ਹੀ ਆ ਕੇ ਆਪਣਾ ਲਾਈਨ 'ਚ ਲੱਗ ਜਾਂਦੇ ਸੀਗੇ ਔਰ ਇੰਤਜ਼ਾਰ ਕਰਦੇ ਸੀ ਕਦੋਂ ਸਾਡੀ ਵਾਰੀ ਆਏਗੀ, ਔਰ ਉਸ ਤੋਂ ਬਾਅਦ ਪਰਚੀ ਕੱਟੀ ਜਾਏਗੀ, ਪਰਚੀ ਕੱਟਣ ਤੋਂ ਬਾਅਦ ਜਿਹੜਾ ਡਾਕਟਰ ਦੇਖੇਗਾ ਸਾਨੂੰ। ਲੇਕਿਨ ਮਰੀਜ਼ਾਂ ਨੂੰ ਜਿਹੜੀ ਆ ਦਿੱਕਤ ਆ ਰਹੀ ਹੈ, ਹਾਲਾਂਕਿ ਡਾਕਟਰ ਦੀ ਆਪਣੀ ਮੰਗ ਹੈ, ਡਾਕਟਰ ਕਹਿੰਦੇ ਆ ਕਿ ਅਗਰ ਸਾਡੀਆਂ ਮੰਗਾਂ ਨਾ ਪੂਰੀਆਂ ਹੋਈਆਂ ਤਾਂ ਇਹ ਸੰਘਰਸ਼ ਹੋਰ ਤੇਜ਼ ਚੱਲੇਗਾ। ਮੈਡਮ, ਤੁਸੀਂ ਵੀ ਦਵਾਈ ਲੈਣ ਆਏ ਸੀਗੇ ਜਾਂ ਪਰਚੀ ਕਟਾਉਣ ਲਈ ਖੜੇ ਹੋ? ਕਿੰਨਾ ਕਟਾਉਣ ਲਈ ਵੀਰੇ ਖੜੇ? ਅਸੀਂ ਤਾਂ ਪਰਚੀ ਭੀੜੀ ਵਾਲੀ ਹੋਈ ਪਈ ਆ, ਪਰਚੀ ਹਜੇ ਕਟਾਈ ਨਾ, ਹੁਣ ਆਈ ਨਹੀਂ ਡਾਕਟਰ, ਉਹ ਡਾਕਟਰ ਨਹੀਂ ਆਈ ਹਜੇ, ਹਜੇ ਪਰਚੀ ਕੱਟ ਨਹੀਂ ਰਹੀ। ਹਾਂ, ਤੁਹਾਨੂੰ ਹੜਤਾਲ ਦਾ ਪਤਾ ਸੀਗਾ ਪਹਿਲਾਂ? ਹੜਤਾਲ ਦਾ ਪਤਾ ਨਹੀਂ ਸਾਨੂੰ, ਨਹੀਂ ਪਤਾ ਸੀ ਨਹੀਂ ਪਤਾ ਵੀਰੇ, ਤਾਂ ਕੰਮ ਲੋਕਾਂ ਦੇ ਪੋਚੇ ਲਾਉਣੀਆਂ ਛੱਡ ਕੇ ਆਏ। ਕਿੰਨੀ ਦੇਰ ਤੋਂ ਬੈਠੇ? ਹੈ, ਕਿੰਨੀ ਦੇਰ ਤੋਂ ਬੈਠੇ?
ਸਵੇਰ ਦੇ ਆਏ 7 ਵਜੇ ਹਾਂਜੀ ਹਾਂ ਆਏ ਕਿੱਥੋਂ ਬਾਗੇਪੁਰਾਣੀ ਇੱਥੋਂ ਡਾਕਟਰ ਤੋਂ ਨਾ ਉਹ ਪਿਸ਼ਾਬ ਸੂ ਚੈੱਕ ਕਰਾਉਣਾ ਮੁੰਡੇ ਦਾ ਤੇ ਕਹਿੰਦੇ ਬਾਗੇਪੁਰਾਣਾ ਲਿਖਾ ਕੇ ਲਿਆਓ ਵੱਡੇ ਡਾਕਟਰ ਇੱਥੇ ਅਸੀਂ ਪਰਚੀ ਨਹੀਂ ਜੀ ਕੱਟਣੀ ਸਮੱਸਿਆ ਆ ਰਹੀ ਹੈ ਕਿੰਨੀ ਤਾਂ ਭੀੜ ਹੋਈ ਪਈ ਹੈ ਜੀ ਹਾਂ ਬਸ ਉਧਰ ਹੋਰ ਤੋਂ ਕਰਾ ਲਓ ਬਿਲਕੁਲ ਸਮੱਸਿਆ ਜਿਹੜੀ ਹੈ ਲੋਕਾਂ ਨੂੰ ਬਹੁਤ ਆ ਰਹੀ ਹੈ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਇਹ ਲਾਈਨ ਹੈ ਉਹ ਵਧਣੀ ਸ਼ੁਰੂ ਹੋ ਗਈ ਹੈ ਕਿਉਂਕਿ ਜਿਵੇਂ ਜਿਵੇਂ ਟਾਈਮ ਨਿਕਲਦਾ ਹੈ ਉਸ ਤਰੀਕੇ ਨਾਲ ਜਿਹੜੀ ਹੈ ਇਹ ਲਾਈਨ ਵਧਣੀ ਸ਼ੁਰੂ ਹੋ ਜਾਂਦੀ ਹੈ ਕਿਉਂਕਿ ਇੰਤਜ਼ਾਰ ਕਰਦੇ ਆਪਦੀ ਵਾਰੀ ਦਾ ਕਿ ਸਾਡੀ ਵਾਰੀ ਕਦੋਂ ਆਏਗੀ ਉਸ ਤੋਂ ਬਾਅਦ ਪਰਚੀ ਕੱਟੀ ਜਾਏਗੀ ਪਰਚੀ ਕੱਟਣ ਤੋਂ ਬਾਅਦ ਡਾਕਟਰ ਨੂੰ ਦਿਖਾਇਆ ਜਾਏਗਾ ਕਿਤੇ ਨਾ ਕਿਤੇ ਮਰੀਜ਼ਾਂ ਨੂੰ ਪਰੇਸ਼ਾਨੀ ਤਾਂ ਜ਼ਰੂਰ ਹੈ ਲਾਈਨ 'ਚ ਲੱਗੇ ਹੋਏ ਹੋਰ ਮਰੀਜ਼ ਇਹਨਾਂ ਨਾਲ ਗੱਲ ਕਰ ਲੈਂਦੇ ਹਾਂ ਮਾਤਾ ਜੀ ਤੁਸੀਂ ਵੀ ਦਿਖਾਉਣ ਆਏ ਹੋ ਹੜਤਾਲ ਦਾ ਪਤਾ ਸੀਗਾ ਕਿ ਕਿੰਨੇ ਵਜੇ ਖੁੱਲ੍ਹੇ ਪਤਾ ਨਹੀਂ ਜੀ ਸਾਨੂੰ ਕਿੰਨੀ ਕੁ ਦੇਰ ਹੋ ਗਈ 10 ਮਿੰਟ ਹੋ ਗਿਆ ਪਤਾ ਕਦੋਂ ਖੁੱਲ੍ਹਣੀ ਹੈ ਵਾਰੀ ਕਦੋਂ ਪਰਚੀ ਕੱਟੀ ਜਾਊਗੀ ਇੰਨਾ ਨਹੀਂ ਪਤਾ ਹੜਤਾਲ ਦਾ ਪਤਾ ਸੀ 3 ਦਿਨ ਹੋ ਗਏ ਹੜਤਾਲ ਚੱਲ ਰਹੀ ਨਾ ਕਿਸ ਤਰ੍ਹਾਂ ਦੀ ਸਮੱਸਿਆ ਆ ਰਹੀ ਹੈ ਅੱਖਾਂ ਦਿਖਾਉਣੀਆਂ ਤੁਸੀਂ ਮਤਲਬ ਕੀ ਕਹੋਗੇ ਕਿੰਨੀ ਦੇਰ ਤੋਂ ਖੜੇ ਹੋ ਔਰ ਕਿੰਨਾ ਕੁ ਲੱਗ ਰਿਹਾ ਤੁਹਾਨੂੰ ਇੰਤਜ਼ਾਰ ਕਰਨਾ ਪਏਗਾ ਦਿੱਕਤ ਕਿੰਨੀ ਆ ਰਹੀ ਹੈ ਦਿੱਕਤ ਤਾਂ ਜੀ ਪੂਰੀ ਆ ਹੁਣ ਜੇ 3 ਦਿਨ ਦੀ ਹੜਤਾਲ ਹੋਈ ਆ ਪਿੰਡਾਂ ਦੇ ਵਿੱਚ ਆਮ ਨਹੀਂ ਲੋਕਾਂ ਨੂੰ ਪਤਾ ਹੈ ਨਾ ਤੇ ਪਰੇਸ਼ਾਨੀ ਤਾਂ ਫਿਰ ਹੈਗੀ ਆ ਮਰੀਜ਼ ਨੇ ਤਾਂ ਆਉਣਾ ਹੀ ਆ ਦਵਾਈ ਲੈਣ ਤੇ ਮੈਨੂੰ 15 ਮਿੰਟ ਹੋ ਗਏ ਇੱਥੇ ਕਿਹੜੀ ਜਗ੍ਹਾ ਤੋਂ ਆਏ ਅਸੀਂ ਜੀ ਆਏ ਆ ਬਾਗੇ ਪੁਰਾਣੇ ਤੋਂ ਅੱਗੇ ਸਾਨੂੰ ਕੋਈ ਪਤਾ ਨਹੀਂ ਕੋਈ ਹੜਤਾਲ ਹੈਗੀ ਆ ਜਾਂ ਹੈ ਨਹੀਂ ਜੀ ਅਸੀਂ ਤਾਂ ਅਚਾਨਕ ਆਏ ਆ ਅਸੀਂ ਤਾਂ ਤੁਹਾਡੇ ਕੋਲੋਂ ਸੁਣਿਆ ਕਿ ਹੜਤਾਲ ਆ ਇਹ 11 ਵਜੇ ਜਿਹੜੀ ਹੈ ਵਿੰਡੋ ਖੁੱਲੇਗੀ 11 ਵਜੇ ਪਰਚੀ ਕੱਟੀ ਜਾਏਗੀ ਉਸ ਤੋਂ ਬਾਅਦ ਡਾਕਟਰ ਦੇਖਣਗੇ ਅੱਛਾ ਜੀ 3 ਦਿਨ ਦੀ ਹੜਤਾਲ ਹੈ ਜਿਹੜੀ 11 ਵਜੇ ਤੱਕ ਦੀ ਹੜਤਾਲ ਕੀਤੀ ਹੈ ਡਾਕਟਰ ਅੱਛਾ ਜੀ ਸਾਨੂੰ ਪਤਾ ਹੀ ਨਹੀਂ ਪੁੱਤ ਜੇ ਸਾਨੂੰ ਪਤਾ ਹੁੰਦਾ ਤੇ ਅਸੀਂ ਘਰੋਂ ਹੀ ਨਾ ਆਉਂਦੇ ਫਿਰ ਕੀ ਹੋ ਜਾਂਦਾ ਹੈ ਨਾ ਬਿਲਕੁਲ ਕਈ ਲੋਕਾਂ ਨੂੰ ਪਤਾ ਨਹੀਂ ਹੜਤਾਲ ਦਾ ਕਿ 11 ਵਜੇ ਤੱਕ ਡਾਕਟਰਾਂ ਦੀ ਹੜਤਾਲ ਹੈ 3 ਦਿਨ ਲਈ ਜਿਸ ਨੂੰ ਲੈ ਕੇ ਜਿਹੜੇ ਲੋਕ ਨੇ ਇੱਥੇ ਪਹਿਲਾਂ ਹੀ ਆ ਕੇ ਬੈਠ ਜਾਂਦੇ ਹਨ ਆਪਣੀ ਵਾਰੀ ਦਾ ਇੰਤਜ਼ਾਰ ਕਰਦੇ ਨੇ ਕਿ ਸਾਡੀ ਵਾਰੀ ਆਏਗੀ ਪਰਚੀ ਕੱਟੀ ਜਾਏਗੀ ਉਸ ਤੋਂ ਬਾਅਦ ਡਾਕਟਰ ਨੂੰ ਦਿਖਾਇਆ ਗਿਆ ਵੀਰ ਜੀ ਤੁਸੀਂ ਵੀ ਦਿਖਾਉਣ ਆਏ ਹੋ ਪਰਚੀ ਕਟਾਉਣ ਆਏ ਜੀ ਪਰਚੀ ਕਟਾਉਣ ਵਾਸਤੇ ਆਏ ਕਾਲੇ ਪੀਲੀਏ ਦੀ ਪਰਚੀ ਕਟਾਉਣ ਵਾਸਤੇ ਆਏ ਸਾਨੂੰ ਤਾਂ ਇਹ ਇੱਥੇ ਆ ਕੇ ਪਤਾ ਲੱਗਿਆ ਜੀ ਕਿ ਹੜਤਾਲ 'ਤੇ ਡਾਕਟਰ ਸਾਹਿਬ ਇੱਥੇ 7 ਵਜੇ ਦੇ ਆ ਕੇ ਬੈਠੇ ਹਾਂ ਇੱਥੇ ਲੋਕਾਂ ਤੋਂ ਪਤਾ ਲੱਗਿਆ ਜਿਹਨੇ ਖੜੇ ਲਾਈਨ 'ਚ 2-3 ਘੰਟੇ ਇੰਤਜ਼ਾਰ ਕਰਨਾ ਪੈਣਾ ਜੀ ਹੁਣ ਇਹ ਵੀ ਨਹੀਂ ਪਤਾ ਵੀ ਡਾਕਟਰ ਸਾਹਿਬ ਆਪਦੀ ਸੀਟਾਂ 'ਤੇ ਬੈਠਣਗੇ ਕਿ ਨਹੀਂ ਬੈਠਣਗੇ ਪਰਚੀ ਕਟਾ ਕੇ ਚਲੇ ਜਾਵਾਂਗੇ ਸ਼ਾਇਦ ਹੋ ਸਕਦਾ ਕੱਲ੍ਹ ਵਾਰੀ ਆਵੇ ਕੱਜ ਵਾਰੀ ਆਵੇ ਇਹ ਪੱਕਾ ਪਤਾ ਨਹੀਂ ਕਹਿ ਨਹੀਂ ਸਕਦੇ ਤੁਸੀਂ ਪਰਚੀ ਕਟਾਉਣ ਲਈ ਖੜੇ ਹੋ ਲੇਕਿਨ ਅਜੇ ਟਾਈਮ ਥੋੜ੍ਹਾ ਹੋਇਆ ਲੇਕਿਨ ਉੱਥੇ ਵੀ ਲਿਖ ਕੇ ਲਗਾਇਆ ਗਿਆ ਕਿ 11 ਵਜੇ ਜਿਹੜੀ ਹੈ ਵਿੰਡੋ ਖੁੱਲੇਗੀ ਤਾਂ ਵੀ ਇੱਥੇ ਲਾਈਨ 'ਚ ਖੜੇ ਇਸ ਕਰੇ ਖੜੇ ਜੀ ਸਾਡੀ ਪਰਚੀ ਪਹਿਲਾਂ ਆ ਜਾਂਦੀ ਹੈ ਹੋ ਸਕਦਾ ਡਾਕਟਰ ਤੋਂ ਅਸੀਂ ਪਹਿਲਾਂ ਦਵਾਈ ਲੈ ਕੇ ਘਰੇ ਚਲੇ ਜਾਈਏ ਸਵੇਰ ਦੇ ਭੁੱਖੇ ਖੜੇ ਤੇ ਸਵੇਰ ਦੇ ਆ ਕੇ ਇਸ ਲਈ ਲਾਈਨ 'ਚ ਲੱਗੇ ਮੈਂ ਪਤਾ ਸੀਗਾ 3 ਦਿਨ ਦੀ ਹੜਤਾਲ ਨਹੀਂ ਇਸ ਤਰ੍ਹਾਂ ਕੋਈ ਪੱਕਾ ਪਤਾ ਨਹੀਂ ਸੀ ਸਾਨੂੰ ਅੱਜ ਪਤਾ ਲੱਗਿਆ ਆ ਕੇ ਜਿੱਥੇ ਲਾਈਨ 'ਚ ਜਿੰਨੇ ਵੀ ਉਹ ਮਰੀਜ਼ ਖੜੇ ਆ ਉਹਨਾਂ ਤੋਂ ਪਤਾ ਲੱਗਿਆ ਵੀ ਹੜਤਾਲ 'ਤੇ ਡਾਕਟਰ ਸਾਹਿਬ 11 ਵਜੇ ਖੋਲ੍ਹਣਗੇ ਇਹ ਵੀ ਨਹੀਂ ਪਤਾ 11 ਤੋਂ 12 ਵਜੇ ਤੱਕ ਰੱਖਣਗੇ ਉਹਨਾਂ ਟਾਈਮ ਡਾਕਟਰਾਂ ਦਾ ਕਿੰਨੇ ਵਜੇ ਤੱਕ ਬੈਠਣਗੇ ਕਿ 2 ਵਜੇ ਤੱਕ ਪੱਕਾ ਪਤਾ ਨਹੀਂ ਹੈ ਜੀ ਪਰਚੀ ਦੀ ਲਾਈਨ 'ਚ ਖੜੇ ਹਾਂ ਆਸ 'ਚ ਖੜੇ ਹਾਂ ਵੀ ਸਾਡੀ ਵਾਰੀ ਆ ਜੀ ਇਸ ਕਰਕੇ ਲਾਈਨ 'ਚ ਖੜੇ ਦਿੱਕਤ ਕਿੰਨੀ ਕਰ ਹਾਂਜੀ ਦਿੱਕਤ ਕਿੰਨੀ ਕਰ ਦਿੱਕਤ ਤਾਂ ਤੁਹਾਡੇ ਸਾਹਮਣੇ ਹੈ ਜੀ ਇੰਨੇ ਹੁਣ ਸੈਂਕੜੋ ਮਰੀਜ਼ ਖੜੇ ਆ ਅਤੇ ਉਹਨਾਂ ਨੂੰ ਕੀ ਪਤਾ ਵਾਰੀ ਕਦੋਂ ਕਦੋਂ ਆਉਣੇ ਕਿਹੜੇ ਕਿਹੜੇ ਡਾਕਟਰ ਦੇ ਮਰੀਜ਼ ਨੇ ਪਰਚੀਆਂ ਤਾਂ ਲੈ ਜਾਣਗੇ ਬਟ ਇਹ ਨਹੀਂ ਪਤਾ ਵੀ ਵਾਰੀ ਡਾਕਟਰ ਸਾਹਿਬ ਕੋਲ ਆਵੇ ਵੀ ਕਿ ਨਾ ਆਵੇ ਉਹਨਾਂ ਕੋਲ ਲੈਣ ਲੱਗੀ ਹੋਊਗੀ ਹੋ ਸਕਦਾ ਅੱਜ ਨਾ ਵਾਰੀ ਆਵੇ ਪਰੇਸ਼ਾਨੀ ਤਾਂ ਹੈਗੀ ਹੈ ਜੀ ਇਹ ਤਾਂ ਪਤਾ ਹੁੰਦਾ ਸਾਨੂੰ ਪਹਿਲਾਂ ਤਾਂ ਅਸੀਂ 11 ਸਾਢੇ 11 12 ਵਜੇ ਆ ਜਾਂਦੇ
ਬਿਲਕੁਲ ਲੋਕਾਂ ਨੂੰ ਜਿਹੜੀ ਹੈ ਪਰੇਸ਼ਾਨੀ ਕਾਫੀ ਹੈ, ਕਿਉਂਕਿ ਲੋਕ ਜਿਹੜੇ ਆ ਜਿਨ੍ਹਾਂ ਨੂੰ ਨਹੀਂ ਪਤਾ ਸੀ ਹੜਤਾਲ ਹੈ, ਉਹ ਸੁਬਹਾ ਤੋਂ ਹੀ ਇੱਥੇ ਆ ਕੇ ਖੜ ਜਾਂਦੇ ਆ, ਭੁੱਖੇ ਤੇ ਆ ਕੇ ਖੜ ਜਾਂਦੇ ਆ, ਕਿਉਂਕਿ ਵਿੰਡੋ ਦੇ ਵਿੱਚ ਲਾਈਨ ਦੇ ਵਿੱਚ ਇਸ ਕਰਕੇ ਲੱਗੇ ਆ ਕਿਉਂਕਿ ਪਹਿਲਾਂ ਅਗਰ ਸਾਡੀ ਵਾਰੀ ਆ ਜਾਏਗੀ ਤਾਂ ਪਰਚੀ ਪਹਿਲਾਂ ਕੱਟੀ ਜਾਏਗੀ, ਉਸ ਤੋਂ ਬਾਅਦ ਡਾਕਟਰ ਕੋਲ ਵੀ ਪਹਿਲਾਂ ਦਿਖਾਇਆ ਜਾਏਗਾ। ਹੋਰ ਵੀਰ ਜੀ ਨੇ, ਵੀਰ ਜੀ ਤੁਸੀਂ ਵੀ ਦਿਖਾਉਣ ਆਏ ਹੋ, ਕਿੰਨੀ ਕੁ ਦਿੱਕਤ ਆ ਰਹੀ ਹੈ? ਡਾਕਟਰ ਕੋਲ ਪਰਚੀ ਕਟਾਉਣ ਆਏ? ਹਾਂਜੀ। ਤੁਹਾਨੂੰ ਪਤਾ ਸੀ ਹੜਤਾਲ ਹੈ 3 ਦਿਨ? ਨਹੀਂ ਪਤਾ ਨਹੀਂ। ਨਹੀਂ ਪਤਾ ਸੀ ਇਹ 11 ਵਜੇ ਵਿੰਡੋ ਖੁੱਲੇਗੀ, ਉਸ ਤੋਂ ਬਾਅਦ ਪਰਚੀ ਕੱਟੀ ਜਾਏਗੀ। ਅੱਛਾ, 11 ਵਜੇ ਖੁੱਲੂ? ਹੁਣ ਕਿੰਨੀ ਕੁ ਦਿੱਕਤ ਆ ਰਹੀ ਹੈ? ਇਹੋ ਹੀ ਹੈ, ਡੱਕਦਾਰੀ ਹੈ ਜੀ, ਫਿਰ ਹੋਰ ਕੀ ਹੈ, ਪਰੇਸ਼ਾਨੀ ਹੈ। ਉੱਥੋਂ ਸਦੀਆਂ ਚੱਲੇ ਹਾਂ ਵੀ ਦਵਾਂ ਦਾ ਪੰਚ ਕਟਾ ਕੇ ਦੇ ਬੈਠੂ ਉਹਨੂੰ ਲੈ ਆਵਾਂ, ਇਹ ਕਾਨੂੰਨ ਥੋੜ੍ਹੋ ਹੈ। ਡਾਕਟਰ ਕਹਿੰਦੇ ਆ ਸਾਡੀ ਆਪਦੀ ਮਜਬੂਰੀ ਹੈ, ਉਹਨਾਂ ਨੇ 3 ਘੰਟੇ ਦੀ ਹੜਤਾਲ ਇਸੇ ਕਰਕੇ ਕੀਤੀ ਹੈ ਕਿ ਸਾਡੀਆਂ ਵੀ ਮੰਗਾਂ ਜਿਹੜੀਆਂ ਮੰਨੀਆਂ ਜਾਣ ਅਤੇ 11 ਵਜੇ OPD ਖੋਲ੍ਹੀ ਜਾਏਗੀ। ਮੰਗਾਂ ਕੀ ਇਹਨਾਂ ਦੀਆਂ ਮੰਗਾਂ? ਤਨਖਾਹ ਤਾਂ ਫੁੱਲ ਪਈ ਜਾਂਦੀ ਹੈ, ਇਹ ਮੰਗਾਂ ਸੁਰੱਖਿਆ, ਕਹਿੰਦੇ ਸੁਰੱਖਿਆ ਹੋਵੇ ਸਾਡੀ, ਅਗਰ ਅਸੀਂ OPD ਦੇ ਵਿੱਚ ਬਹਿੰਦੇ ਹਾਂ ਜਾਂ ਐਮਰਜੈਂਸੀ 'ਚ ਬਹਿੰਦੇ ਹਾਂ, ਸਾਡੇ ਨਾਲ ਲੋਕ ਆ ਕੇ ਗਲਤ ਵਿਵਹਾਰ ਕਰਦੇ। ਸਾਡੇ ਦਾ ਵਿਵਹਾਰ ਮਤਲਬ ਕਿ ਵੀ ਵੇਖੀਦਾ, ਅਸੀਂ ਜਿਹੜੇ ਡਾਕਟਰ ਦੀ ਡਿਊਟੀ ਹੁੰਦੀ ਹੈ ਨਾ, ਉਹ ਸੁਬਹਾ ਦਾ ਟਾਈਮ ਹੁੰਦਾ, ਇੱਥੋਂ ਪਰਚੀ ਕੱਟੀ ਜਾਂਦੀ ਆ, ਅਸੀਂ ਉੱਥੇ ਬੈਠੇ ਪਰੇਸ਼ਾਨ ਹੋਈ ਜਾਂਦੇ ਜੀ। ਉਹ ਆਪਦੀ ਮਰਜ਼ੀ ਨਾਲ ਉਹਦਾ 3 ਵਜੇ ਆਵੇ, 2:30 ਵਜੇ ਆਵੇ, ਬੈਠੇ ਪਰੇਸ਼ਾਨ ਹੋ, ਉੱਥੇ ਮਰੀਜ਼ ਬੈਠੇ ਨਹੀਂ ਗਏ। ਬਿਲਕੁਲ, ਲੋਕਾਂ ਨੂੰ ਜਿਹੜੀ ਹੈ ਪਰੇਸ਼ਾਨੀ ਜ਼ਰੂਰ ਆਉਂਦੀ ਹੈ, ਕਿਉਂਕਿ ਲੋਕ ਸੁਬਹਾ ਤੋਂ ਹੀ ਆਪਣਾ ਕੰਮਕਾਰ ਤੇ ਜਾਣ ਤੋਂ ਪਹਿਲਾਂ ਹੀ ਇੱਥੇ ਆ ਜਾਂਦੇ ਆ ਕਿ ਚਲੋ ਡਾਕਟਰ ਨੂੰ ਦਿਖਾ ਕੇ ਆਪਣੇ ਕੰਮਕਾਰ ਤੇ ਚਲੇ ਜਾਵਾਂਗੇ, ਲੇਕਿਨ 3 ਦਿਨ ਤੋਂ ਹੜਤਾਲ ਜਿਹੜੀ ਹੈ ਉਸ ਨੂੰ ਲੈ ਕੇ ਮਰੀਜ਼ਾਂ ਨੂੰ ਬਹੁਤ ਜ਼ਿਆਦਾ ਦਿੱਕਤ ਆ ਰਹੀ ਹੈ। ਜਿਹੜੇ ਲੋਕਾਂ ਨੂੰ ਤਾਂ ਪਤਾ ਲੱਗ ਗਿਆ ਕਿ 3 ਦਿਨ ਦੀ ਹੜਤਾਲ ਹੈ, 11 ਵਜੇ OPD ਖੁੱਲੇਗੀ ਔਰ ਉਸ ਤੋਂ ਬਾਅਦ 11 ਵਜੇ ਡਾਕਟਰ ਬੈਠਣਗੇ, ਉਹ ਤਾਂ ਲੇਟ ਆਉਂਦੇ ਨੇ, ਲੇਕਿਨ ਜਿਨ੍ਹਾਂ ਨੂੰ ਹਜੇ ਵੀ ਨਹੀਂ ਪਤਾ ਪਿੰਡਾਂ ਦੇ ਵਿੱਚੋਂ ਜਿਹੜੇ ਲੋਕ ਆਉਂਦੇ ਨੇ, ਉਹਨਾਂ ਨੂੰ ਹਜੇ ਵੀ ਨਹੀਂ ਪਤਾ ਕਿ 3 ਦਿਨ ਦੀ ਹੜਤਾਲ ਸੀ, ਉਹ ਸਵੇਰ ਤੋਂ ਹੀ ਆ ਕੇ ਭੁੱਖੇ ਤੇ ਆ ਕੇ ਲਾਈਨ 'ਚ ਲੱਗ ਜਾਂਦੇ ਆ ਔਰ ਇੰਤਜ਼ਾਰ ਕਰਦੇ ਆ ਕਿ ਕਦੋਂ ਸਾਡੀ ਵਾਰੀ ਆਊਗੀ, ਕਦੋਂ ਇਹ ਕਾਊਂਟਰ ਖੁੱਲੇਗਾ ਔਰ ਅਸੀਂ ਪਰਚੀ ਕਟਾਵਾਂਗੇ, ਉਸ ਤੋਂ ਬਾਅਦ ਡਾਕਟਰ ਨੂੰ ਦਿਖਾਵਾਂਗੇ ਜਲਦ ਤੋਂ ਜਲਦ। ਲੇਕਿਨ ਇਸ ਸਾਰੇ ਦੇ ਵਿੱਚ ਲੋਕ ਜਿਹੜੇ ਨੇ, ਮਰੀਜ਼ ਜਿਹੜੇ ਨੇ ਦੂਰੋਂ ਦੂਰੋਂ ਆਏ, ਉਹ ਜ਼ਰੂਰ ਪਰੇਸ਼ਾਨ ਹੋ ਰਹੇ ਨੇ ਔਰ ਦੂਜੇ ਪਾਸੇ ਅਗਰ ਡਾਕਟਰਸ ਦੀ ਗੱਲ ਕੀਤੀ ਜਾਵੇ ਤਾਂ ਡਾਕਟਰਸ ਦਾ ਕਹਿਣਾ ਹੈ ਕਿ ਸਾਡੀ ਸੁਰੱਖਿਆ ਜਿਹੜੀ ਹੈ ਉਹ ਯਕੀਨੀ ਬਣਾਈ ਜਾਵੇ, ਕਿਉਂਕਿ ਅਗਰ ਸਾਡੀ ਸੁਰੱਖਿਆ ਹੋਏਗੀ ਤਾਂ ਅਸੀਂ ਜਿਹੜਾ ਮਰੀਜ਼ਾਂ ਨੂੰ ਆਰਾਮ ਦੇ ਨਾਲ ਦੇਖ ਪਾਵਾਂਗੇ ਜਾਂ ਸਾਨੂੰ ਜਿਹੜੀ ਦਿੱਕਤਾਂ ਆਉਂਦੀਆਂ ਉਹ ਪਰੇਸ਼ਾਨੀ ਦੂਰ ਕੀਤੀ ਜਾਵੇ, ਸਾਡੀ ਸੁਰੱਖਿਆ ਯਕੀਨੀ ਬਣਾਈ ਜਾਵੇ, ਪ੍ਰਮੋਸ਼ਨਾਂ ਕੀਤੀਆਂ ਜਾਣ, ਜਿਹੜੀਆਂ ਖਾਲੀ ਸਾਮੀਆਂ ਉਹਨਾਂ ਨੂੰ ਭਰਿਆ ਜਾਵੇ, ਕਿਉਂਕਿ ਡਾਕਟਰ ਜੀ ਵੀ ਆਮ ਤੌਰ 'ਤੇ ਦੇਖਣ ਨੂੰ ਮਿਲ ਰਿਹਾ ਕਿ ਹਸਪਤਾਲਾਂ ਦੇ ਵਿੱਚ ਬਹੁਤ ਜ਼ਿਆਦਾ ਕਮੀ ਹੈ। ਇਹ ਸਾਰੀਆਂ ਮੰਗਾਂ ਨੂੰ ਲੈ ਕੇ ਅੱਜ ਇੱਕ ਸਰਕਾਰ ਦੇ ਨਾਲ ਮੀਟਿੰਗ ਵੀ ਹੋਣ ਜਾ ਰਹੀ ਹੈ, ਲੇਕਿਨ ਦੂਜੇ ਪਾਸੇ ਡਾਕਟਰਸ ਕਹਿੰਦੇ ਨੇ ਅਗਰ ਸਾਡੀ ਮੀਟਿੰਗ ਦੇ ਵਿੱਚ ਕੋਈ ਹੱਲ ਨਾ ਨਿਕਲਿਆ ਜਾਂ ਕੋਈ ਨੋਟੀਫਿਕੇਸ਼ਨ ਜਾਰੀ ਨਾ ਹੋਇਆ ਤਾਂ ਇਹ ਸੰਘਰਸ਼ ਹੋਰ ਵੀ ਤੇਜ਼ ਕੀਤਾ ਜਾਏਗਾ। ਲੇਕਿਨ ਜਿਹੜਾ ਹੁਣ 3 ਦਿਨ ਦੀ ਹੜਤਾਲ ਹੈ ਇਹਦੇ ਵਿੱਚ 3 ਘੰਟੇ OPD ਬੰਦ ਕੀਤੀ ਗਈ ਔਰ ਦੂਜੇ ਪਾਸੇ ਅਗਰ ਡੋਪ ਟੈਸਟ ਕਰਾਉਣਾ ਕਿਸੇ ਨੇ ਜਾਂ ਕੋਈ VIP ਡਿਊਟੀ ਹੈ ਉਹ ਪੂਰਨ ਰੂਪ 'ਤੇ ਬੰਦ ਕੀਤੀ ਹੋਈ ਹੈ। ਮੰਗਾਂ ਇਹੀ ਨੇ, ਸੁਰੱਖਿਆ ਯਕੀਨੀ ਬਣਾਈ ਜਾਵੇ, ਭਰਤੀਆਂ ਕੀਤੀਆਂ ਜਾਣ ਔਰ ਪ੍ਰਮੋਸ਼ਨਾਂ ਕੀਤੀਆਂ ਜਾਣ। ਹੁਣ ਦੇਖਣਾ ਇਹ ਹੋਵੇਗਾ ਕਿ ਅੱਜ ਸਰਕਾਰ ਦੇ ਨਾਲ ਜਿਹੜੀ ਮੀਟਿੰਗ ਹੈ ਉਹਦੇ ਵਿੱਚ ਕੀ ਸਿੱਟਾ ਨਿਕਲ ਕੇ ਆਉਂਦਾ।